ਸੋਲਰ ਕੰਪਨੀ ਦਾ ਮਾਲਕ ਐਮਡੀ ਪਵਨ ਕੁਮਾਰ, ਰਜਿੰਦਰ ਕੁਮਾਰ ਤੇ ਜਸਵਿੰਦਰ ਸਿੰਘ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿੱਤੇ ਗਏ ਹਨ। ਇਹ ਬਰਨਾਲਾ ਪੁਲਿਸ ਦੀ ਬਹੁਤ ਵੱਡੀ ਕਾਮਯਾਬੀ ਹੈ। ਕਰਦੇ ਹਾਂ ਵੀ ਜੇਕਰ ਕਿਸੇ ਨਾਲ ਹੋਰ ਠੱਗੀ ਪਵਨ ਕੁਮਾਰ ਨੂੰ ਉਹਨੂੰ ਮਾਰੀ ਹੈ, ਉਹ ਸਾਨੂੰ ਜਾਂ ਸਾਡੇ ਸੀਨੀਅਰ ਅਫਸਰਾਂ ਨੂੰ ਆ ਕੇ ਮਿਲ ਸਕਦਾ ਹੈ ਅਤੇ ਇਹਦੇ ਬਾਰੇ ਸਾਰਾ ਹਾਲਾਤ ਦੱਸ ਸਕਦਾ ਹੈ ਅਤੇ ਉਹਦੇ ਖਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਜਾਊ। ਇੱਕ ਪਵਨ ਕੁਮਾਰ ਨੰਨੂ ਰਾਮ ਹੈਗਾ, ਸਦੂਰ ਸ਼ਹਿਰ ਗੰਗਾਰਾਮ ਰਾਜਸਥਾਨ ਦਾ ਰਹਿਣ ਵਾਲਾ ਹੈ। ਇਹਦੇ ਨਾਲ ਦੋ ਬੰਦੇ ਹੈਗੇ ਸੀਗੇ, ਰਾਜਵਿੰਦਰ ਸਿੰਘ ਅਤੇ ਦੂਸਰਾ ਜਸਵਿੰਦਰ ਸਿੰਘ, ਇੱਧਰ ਲੋਕਲ ਬਰਨਾਲਾ ਦੇ ਨੇ। ਇਹਨਾਂ ਨੇ ਭਾਵੀਆ ਗੋਲਡ ਫਰਜ਼ੀ ਕੰਪਨੀ ਬਣਾਈ ਹੋਈ ਸੀਗੀ, ਲੋਕਾਂ ਤੋਂ ਪੈਸੇ ਲਵਾਉਂਦੇ ਸੀਗੇ। ਲੋਕਾਂ ਨੂੰ ਇਹ ਕਹਿੰਦੇ ਸੀ ਵੀ ਜਿੰਨੇ ਪੈਸੇ ਲਾਓਗੇ ਤੁਸੀਂ ਉਹਨਾਂ ਦਾ 75% ਤੁਹਾਨੂੰ ਗੋਲਡ ਦੇਵਾਂਗੇ, ਅਤੇ ਕੁਝ ਸਮਾਂ ਪਾ ਕੇ ਜਿੰਨੇ ਪੈਸੇ ਤੁਸੀਂ ਲਾਓਗੇ ਉਹ ਕੁਝ ਸਮੇਂ ਤੋਂ ਬਾਅਦ ਤੁਹਾਨੂੰ ਪੈਸੇ ਜਿਹੜੇ ਵਾਪਸ ਹੋ ਜਾਣਗੇ। ਜੋ ਇਹ ਭੋਲੇ ਭਾਲੇ ਲੋਕਾਂ ਨੂੰ ਭਰਮਾ ਕੇ ਉਹਨਾਂ ਠੱਗੀਆਂ ਮਾਰਦੇ ਸੀ, ਅਤੇ ਇਹਦੇ ਸੰਬੰਧ 'ਚ ਰਾਜੀਵ ਕੁਮਾਰ ਜੋ ਬਰਨਾਲੇ ਦੇ ਰਹਿਣ ਵਾਲੇ, ਇਹਨਾਂ ਨੇ ਕੰਪਲੇਂਟ ਦਿੱਤੀ ਸੀਗੀ, ਜਿਹਦੀ ਪੜਤਾਲ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਇਹਨਾਂ ਤਿੰਨਾਂ ਦੇ ਖਿਲਾਫ਼। ਅਤੇ ਜਿਹੜਾ ਪਵਨ ਕੁਮਾਰ ਹੈ ਨੰਨੂ, ਇਹਨੂੰ ਅਸੀਂ ਕੱਲ੍ਹ ਅਰੈਸਟ ਕੀਤਾ ਹੈ, ਅਰੈਸਟ ਕਰਕੇ ਇਹਨੂੰ ਅਦਾਲਤ 'ਚ ਪੇਸ਼ ਕੀਤਾ ਹੈ, ਜਿਹੜਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ। ਅੱਗੇ ਹੋਰ ਤਫਤੀਸ਼ ਜਾਰੀ ਹੈ ਅਤੇ ਹੋਰ ਵੀ ਕਾਫ਼ੀ ਸਿੱਟੇ ਆਉਣ ਦੀ ਸੰਭਾਵਨਾ ਹੈ। ਸਰ, ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਜੀ? ਇਹਨੂੰ ਅਸੀਂ ਫਾਜ਼ਿਲਕਾ ਸ਼ਹਿਰ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਇਆ, ਸਾਡਾ ASI ਗਿਆਨ ਸਿੰਘ ਗ੍ਰਿਫਤਾਰ ਕਰਕੇ ਲੈ ਕੇ ਆਇਆ। 23 ਤਰੀਕ ਨੂੰ ਗ੍ਰਿਫਤਾਰ ਕੀਤਾ ਇਹਨੂੰ, ਕੱਲ੍ਹ ਨੂੰ ਅਦਾਲਤ 'ਚ ਪੇਸ਼ ਕੀਤਾ, 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ। ਸਰ, ਇਹਦੇ ਕੋਲ ਕੁਝ ਬਰਾਮਦਗੀ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜੀ? ਹਾਂ, ਰਿਮਾਂਡ ਹਾਸਲ ਹੋਇਆ ਸੰਭਾਵਨਾ ਹੈ। ਸਰ, ਕੋਈ ਇਹਦੇ ਕੋਲ ਪਤਾ ਲੱਗੇ ਕਿ ਹੋਰ ਵੀ ਇਹਨੇ ਕੋਈ ਠੱਗੀਆਂ ਵਗੈਰਾ ਕੋਈ ਮਾਰੀਆਂ ਜੀ? ਹਾਂ, ਇਹ ਦੌਰਾਨ ਤਫਤੀਸ਼ ਇਹ ਗੱਲ ਸਾਹਮਣੇ ਆ ਜੂਗੀ, ਉਹ ਫਿਰ ਤੁਹਾਨੂੰ ਦੱਸ ਦਾਂਗੇ। ਉਮੀਦ ਹੈ ਵੀ ਇਹਨੇ ਹੋਰ ਠੱਗੀਆਂ ਕਾਫ਼ੀ ਮਾਰੀਆਂ ਲੋਕਾਂ ਨਾਲ ਮਾਰੀਆਂ ਜੀ। ਮੈਂ ਪੂਰੀ ਜਾਣਕਾਰੀ ਦੇ, ਸਾਨੂੰ 2017 ਦੇ ਵਿੱਚ ਪਵਨ ਕੁਮਾਰ ਪੁੱਤਰ ਨੰਨੂ ਰਾਮ ਵਾਸੀ ਸਦੂਲ ਸ਼ਹਿਰ, ਰਾਜਵਿੰਦਰ ਸਿੰਘ ਉਰਫ ਲਾਡੀ ਪੁੱਤਰ ਮੁਖਤਿਆਰ ਸਿੰਘ ਵਾਸੀ ਲੱਡੀ, ਜਸਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਰਨਾਲਾ, ਇਹਨਾਂ ਨੇ ਹੋਰ ਲੋਕਾਂ ਨਾਲ ਮਿਲ ਕੇ ਇੱਕ ਗੋਲਡ ਭਾਵੀਆ ਨਾਂ ਦੀ ਕੰਪਨੀ ਬਣਾਈ ਸੀ ਜੀ। ਇਹ ਮਤਲਬ ਭੋਲੇ ਭਾਲੇ ਲੋਕਾਂ ਨੂੰ ਭਰਮਾ ਕੇ ਪੈਸਾ ਨਿਵੇਸ਼ ਕਰਾਉਂਦੇ ਸੀ ਅਤੇ ਲੋਕਾਂ ਨੂੰ ਝਾਂਸਾ ਦਿੰਦੇ ਸੀ, 75% ਤੁਹਾਨੂੰ ਅਸੀਂ ਇਹਦਾ ਸੋਨਾ ਦੇਵਾਂਗੇ ਰਕਮ ਦਾ, ਜੀ ਤੇ ਬਕਾਇਦਾ ਇੱਕ ਮੋਹਰ ਲੱਗੀ ਹੋ ਅਤੇ ਬਾਕੀ ਦੀ ਤੁਹਾਨੂੰ ਰਕਮ ਵਾਪਸ ਕਰਾਂਗੇ। ਪਰ ਇਹਨਾਂ ਨੇ ਬਾਅਦ ਦੇ ਵਿੱਚ ਨਾ ਤਾਂ ਕੋਈ ਸੋਨਾ ਦਿੱਤਾ, ਨਾ ਹੀ ਕੋਈ ਕਿਸੇ ਨੂੰ ਰਕਮ ਵਾਪਸ ਕੀਤੀ। ਉਸ ਤੋਂ ਬਾਅਦ ਸਾਡੇ ਕੋਲ ਕੰਪਲੇਂਟ ਦਿੱਤੀ ਸੀ ਰਾਜੀਵ ਕੁਮਾਰ ਰਾਜੂ ਪੁੱਤਰ ਈਸ਼ਵਰ ਦਿਆਲ ਵਾਸੀ ਬਰਨਾਲਾ ਨੇ, ਉਹਦੀ ਕੰਪਲੇਂਟ ਦੀ ਪੜਤਾਲ ਤੋਂ ਬਾਅਦ ਇਹਨਾਂ ਦੇ ਖਿਲਾਫ਼ ਇਹ ਮੁਕੱਦਮਾ ਜਿਹੜਾ ਦਰਜ ਰਜਿਸਟਰ ਹੋਇਆ, ਜਿਹਦੇ ਵਿੱਚ ਹੁਣ ਅਸੀਂ ਮਤਲਬ ਪਵਨ ਕੁਮਾਰ ਨੂੰ ਗ੍ਰਿਫਤਾਰ ਕੀਤਾ, ਗ੍ਰਿਫਤਾਰ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ। ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਇਹਦੀ ਜਾਰੀ ਹੈ, ਜੋ ਵੀ ਤਫਤੀਸ਼ 'ਚ ਸਾਹਮਣੇ ਆਇਆ ਕਾਫ਼ੀ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਸਰ, ਇਹ ਕਿੰਨੀ ਦੇਰ ਤੋਂ ਪਕੌੜਾ ਸੀ ਜੀ? ਇਹ ਮੁਕੱਦਮਾ ਸਾਡੇ ਕੋਲ 18 ਦਾ ਦਰਜ ਹੈ ਜੀ। ਅੱਛਾ ਜੀ, 6-9-18 ਦਾ। ਅੱਛਾ ਜੀ, 6-9-18 ਦਾ ਬਾਅਦ ਪੜਤਾਲ ਪੂਆ, 17 ਦਾ ਮੁਕੱਦਮਾ 18 'ਚ ਦਰਜ ਹੋਇਆ। ਉਸ ਤੋਂ ਬਾਅਦ ਇਹ ਪਕੜਨ ਵਾਸਤੇ ਵੀ ਛਾਪੇਮਾਰੀ ਕੀਤੀ ਗਈ ਸੀ? ਦਸੰਬਰ ਦੇ ਮਹੀਨੇ ਸੁਣਿਆ ਕੋਈ ਛਾਪੇਮਾਰੀ ਕੀਤੀ ਗਈ ਸੀ ਦਸੰਬਰ ਦੇ ਮਹੀਨੇ? ਨਹੀਂ ਨਹੀਂ, ਪਹਿਲਾਂ ਤਾਂ ਕੋਰਟ ਤੋਂ ਜਵਾਨ ਸੀ ਇਹਦੇ ਜੀ, ਇਸ ਕਰਕੇ ਪਹਿਲਾਂ ਨਹੀਂ ਇੱਥੇ ਕੋਈ ਛਾਪੇਮਾਰੀ। ਹੁਣ ਇਹਨੂੰ ਕਿੱਥੋਂ ਫੜਿਆ ਜੀ ਤੁਸੀਂ? ਹੁਣ ਅਸੀਂ ਫਾਜ਼ਿਲਕਾ ਤੋਂ ਫੜਿਆ। ਕੋਈ ਹੋਰ ਮੁਕੱਦਮੇ ਦਰਜ ਇਸ ਤੋਂ ਇਲਾਵਾ ਕੋਈ ਨਹੀਂ? ਹਜੇ ਜੇ ਦੌਰਾਨੇ ਤਫਤੀਸ਼ ਕੋਈ ਗੱਲ ਸਾਹਮਣੇ ਠੀਕ ਹੈ। ਹੋਰ ਸ਼ਿਕਾਇਤ ਕਰਤਾ ਕੇ ਆਇਆ ਹੋਰ ਕੋਈ ਨਹੀਂ ਹਜੇ ਤੱਕ?